ਗਿੱਲ ਨਹਿਰ 'ਚ ਰੋਕ ਕੇ ਮੇਰੇ ਨਾਲ ਪਹਿਲਾਂ ਮਿਸਬਿਹੇਵ ਕੀਤਾ ਗਿਆ, ਮੈਂ ਪਾਸ ਦਿਖਾਉਣ ਦੇ ਬਾਵਜੂਦ ਇਸ ਆਪਣੇ ਹੀ ਪਾਸ ਨੂੰ ਨਹੀਂ ਮੰਨਦੇ, ਪਰ ਇਹ ਇਸ ਪਾਸ ਨੂੰ ਵੀ ਨਹੀਂ ਮੰਨਿਆ, ਉਲਟਾ ਜਲੀਲ ਕੀਤਾ ਗਿਆ। ਮੈਨੂੰ ਸ਼ਿਮਲਾਪੁਰੀ ਥਾਣੇ ਲਿਆ ਕੇ ਕਹਿੰਦੇ ਤੁਹਾਡੇ 'ਤੇ ਪਰਚਾ ਦਰਜ ਕੀਤਾ ਜਾਏਗਾ। ਪਤਾ ਵੀ ਅਸੀਂ ਝੂਠੇ ਪੈ ਚੁੱਕੇ ਹਾਂ ਅਤੇ ਹੁਣ ਆਪਣੀ ਗੱਲ ਤੋਂ ਭੱਜਣਾ ਚਾਹੁੰਦੇ ਹਾਂ, ਅਤੇ ਹੁਣ ਕਹਿੰਦੇ ਜੀ ਤੁਸੀਂ ਚੱਲ ਜਾਓ, ਕੁਛ ਨਹੀਂ ਤਾਂ ਸੇਵਾ ਕਰੋ। ਕਿਤੇ ਸੇਵਾ ਕਰਨ ਦਾ ਮੁੱਲ ਨਹੀਂ, ਇੱਥੇ ਆਪਣੀਆਂ ਚੌਧਰਾਂ ਦੇ ਕਰਕੇ ਚਾਹੁੰਦੇ ਵੀ ਸਾਡੀਆਂ ਚੌਧਰਾਂ ਨਾਲ ਲੰਗਰ ਸਾਡੀ ਜਗ੍ਹਾ 'ਤੇ ਜਾਣ। ਲੁਧਿਆਣਾ ਤੋਂ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਵੱਲੋਂ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਗੋਸ਼ਾ ਨੂੰ ਸ਼ਿਮਲਾਪੁਰੀ ਪੁਲਿਸ ਨੇ ਫੜ ਕੇ ਥਾਣੇ ਲਿਆਂਦਾ, ਜਿਸ ਤੋਂ ਬਾਅਦ ਰੌਲਾ ਇੰਨਾ ਵੱਧ ਗਿਆ ਕਿ ਸਾਰਾ ਮੀਡੀਆ ਥਾਣੇ 'ਚ ਇਕੱਠਾ ਹੋ ਗਿਆ। ਪਹਿਲਾਂ ਤੁਸੀਂ ਦੇਖੋ ਥਾਣੇ 'ਚ ਪੈਂਦਾ ਹੈ ਰੌਲਾ, ਫਿਰ ਤੁਹਾਨੂੰ ਦੱਸਦੇ ਹਾਂ ਸਾਰੀ ਕਹਾਣੀ। ਹੁਣ ਤੁਹਾਨੂੰ ਦੱਸਦੇ ਹਾਂ ਕਿ ਗੋਸ਼ਾ ਨੂੰ ਕਿਉਂ ਲਿਆਂਦਾ ਗਿਆ ਥਾਣੇ। ਸਭ ਤੋਂ ਪਹਿਲੀ ਗੱਲ, ਗੁਰਦੀਪ ਗੋਸ਼ਾ ਨੇ ਅਜਿਹਾ ਕੁਝ ਕੀਤਾ ਹੀ ਨਹੀਂ ਕਿ ਉਹਨਾਂ ਨੂੰ ਥਾਣੇ ਲਿਆਂਦਾ ਜਾਵੇ। ਉਹ ਸਿਰਫ ਗਰੀਬਾਂ ਤੱਕ ਲੰਗਰ ਪਹੁੰਚਾਉਣ ਦੀ ਸੇਵਾ ਕਰ ਰਹੇ ਸਨ, ਅਤੇ ਹੋਰ ਤਾਂ ਹੋਰ ਉਹਨਾਂ ਕੋਲ ਡਿਜੀਟਲ ਪਾਸ ਵੀ ਮੌਜੂਦ ਸੀ। ਗੁਰਦੀਪ ਗੋਸ਼ਾ ਨੇ ਦੱਸਿਆ ਕਿ ਸ਼ਿਮਲਾਪੁਰੀ ਚੌਂਕ ਗਿੱਲ ਨਹਿਰ ਦੇ ਨੇੜੇ ਉਹਨਾਂ ਨੂੰ ਪੁਲਿਸ ਵੱਲੋਂ ਰੋਕ ਲਿਆ ਗਿਆ ਅਤੇ ਉਹਨਾਂ ਨਾਲ ਬਦਸਲੂਕੀ ਵੀ ਕੀਤੀ ਗਈ, ਅਤੇ ਫਿਰ ਉਹਨਾਂ ਨੂੰ ਮੁਲਾਜ਼ਮ ਆਪਣੇ ਨਾਲ ਸ਼ਿਮਲਾਪੁਰੀ ਪੁਲਿਸ ਸਟੇਸ਼ਨ ਲੈ ਆਏ, ਅਤੇ ਜਦੋਂ ਮੌਕੇ 'ਤੇ ਮੀਡੀਆ ਪਹੁੰਚਿਆ ਤਾਂ ਪੁਲਿਸ ਨੇ ਗੁਰਦੀਪ ਗੋਸ਼ਾ ਨੂੰ ਛੱਡ ਦਿੱਤਾ। ਮਾਮਲਾ ਜੀ, ਗਿੱਲ ਨਹਿਰ ਤੋਂ ਰੋਕ ਕੇ ਮੇਰੇ ਨਾਲ ਪਹਿਲਾਂ ਮਿਸਬਿਹੇਵ ਕੀਤਾ ਗਿਆ, ਮੈਂ ਪਾਸ ਦਿਖਾਉਣ ਦੇ ਬਾਵਜੂਦ ਇਸ ਆਪਣੇ ਹੀ ਪਾਸ ਨੂੰ ਨਹੀਂ ਮੰਨਦੇ। ਇਹ ਡਿਜੀਟਲ ਪਾਸ ਹੈ ਜਿਹੜਾ ਰਾਤ ਨੂੰ ਜਾਰੀ ਹੋਇਆ ਸੀਗਾ, ਇਹ 7 ਦਿਨ ਲਈ ਸਾਡਾ ਪਾਸ ਜਾਰੀ ਹੈ ਕਿਉਂਕਿ ਉਹਨਾਂ ਨੂੰ ਸੀ ਪੀ ਸਾਹਿਬ ਆਫਿਸ ਤੋਂ ਮਿਲਿਆ ਮੈਨੂੰ। ਇਹ ਮੇਰੇ ਮੋਬਾਈਲ 'ਤੇ ਲਿੰਕ ਆਉਂਦੇ ਆ, ਲਿੰਕ ਖੋਲ ਕੇ ਪਾਸ ਬਣਦਾ, ਅਤੇ ਪਰ ਇਹ ਇਸ ਪਾਸ ਨੂੰ ਵੀ ਨਹੀਂ ਮੰਨਿਆ, ਉਲਟਾ ਜਲੀਲ ਕੀਤਾ ਗਿਆ। ਮੈਨੂੰ ਸ਼ਿਮਲਾਪੁਰੀ ਥਾਣੇ ਲਿਆ ਕੇ ਕਹਿੰਦੇ ਤੁਹਾਡੇ 'ਤੇ ਪਰਚਾ ਦਰਜ ਕੀਤਾ ਜਾਏਗਾ। ਹੁਣ ਜਦੋਂ ਸਾਰੇ ਡਾਕੂਮੈਂਟ ਇਹਨਾਂ ਨੇ ਦੇਖ ਲਏ ਅਤੇ ਉਹਨਾਂ ਨੂੰ ਪਤਾ ਵੀ ਅਸੀਂ ਝੂਠੇ ਪੈ ਚੁੱਕੇ ਹਾਂ ਅਤੇ ਹੁਣ ਆਪਣੀ ਗੱਲ ਤੋਂ ਭੱਜਣਾ ਚਾਹੁੰਦੇ ਹਾਂ, ਅਤੇ ਹੁਣ ਕਹਿੰਦੇ ਜੀ ਤੁਸੀਂ ਚੱਲ ਜਾਓ, ਕੁਛ ਨਹੀਂ ਤਾਂ ਸੇਵਾ ਕਰੋ। ਕਿਹੜੀ ਜਗ੍ਹਾ ਗੱਡੀ ਰੋਕੀ ਗਈ? ਇਹ ਗੱਡੀ ਸ਼ਿਮਲਾਪੁਰੀ ਨਹਿਰ 'ਤੇ ਰੋਕੀ ਗਈ ਸੀ, ਜਿੱਥੇ ਮੇਰੇ ਨਾਲ 3-4 ਮੁਲਾਜ਼ਮਾਂ ਨੇ ਮਿਸਬਿਹੇਵ ਕੀਤਾ ਬੜੇ ਬੁਰੀ ਤਰ੍ਹਾਂ। ਮੈਂ ਉਹਨਾਂ ਨੂੰ ਆਪਣਾ ਰੈਫਰੈਂਸ ਵੀ ਦਿੱਤਾ, ਆਪਣੇ ਪਾਸ ਵੀ ਦਿੱਤਾ, ਪਰ ਮੈਂ ਸਮਝਦਾ ਕਿ ਇੱਥੇ ਸੇਵਾ ਕਰਨ ਦਾ ਮੁੱਲ ਨਹੀਂ, ਇੱਥੇ ਆਪਣੀਆਂ ਚੌਧਰਾਂ ਦੇ ਕਰਕੇ ਚਾਹੁੰਦੇ ਵੀ ਸਾਡੀਆਂ ਚੌਧਰਾਂ ਨਾਲ ਲੰਗਰ ਸਾਡੀ ਜਗ੍ਹਾ 'ਤੇ ਜਾਵੇ, ਅਤੇ ਅਸੀਂ ਫਿਰ ਵੀ ਇਹਨਾਂ ਦੇ ਹਿਸਾਬ ਨਾਲ ਹੀ ਚੱਲੀ ਜਾਂਦੇ ਜਿੱਥੇ ਲੰਗਰ ਕਹਿੰਦੇ ਦੇਣ ਨੂੰ ਤਿਆਰ ਆ, ਪਰ ਸਾਡੀ ਸੇਵਾ 'ਤੇ ਨਾ ਵਿਘਨ ਪਾਇਆ। ਹੁਣ ਤੁਹਾਡੇ 'ਤੇ ਕੀ ਕਾਰਵਾਈ ਕੀਤੀ ਗਈ? ਹੁਣ ਕੋਈ ਕਾਰਵਾਈ ਨਹੀਂ ਜੀ, ਹੁਣ ਕਹਿੰਦੇ ਸਿਰਫ ਪੁੱਛਗਿੱਛ ਲਈ ਬੁਲਾਇਆ ਸੀ, ਜਦ ਪੁੱਛਗਿੱਛ ਗਿੱਲ ਨਹਿਰ ਦੇ ਉੱਤੇ ਕਰ ਲਈ ਸੀ, ਸਾਰੇ ਡਾਕੂਮੈਂਟ ਦਿਖਾ ਲਏ ਸੀਗੇ, ਇੱਦਾਂ ਮਤਲਬ 2 ਘੰਟੇ ਇਹਨਾਂ ਨੇ ਖਰਾਬ ਕਰਤੇ। ਇਹ ਕੀ ਚਾਹੁੰਦੇ ਵੀ ਲੋਕਾਂ ਦੇ ਭੁੱਖੇ ਲੋਕਾਂ ਦਾ ਲੰਗਰ ਨਾ ਪਹੁੰਚੇ? ਤੁਹਾਡੇ ਨਾਲ ਕਿੰਨੇ ਜਣੇ ਸੀ ਗੋਸ਼ਾ ਜੀ? ਮੇਰੇ ਨਾਲ ਕੋਈ ਵੀ ਨਹੀਂ ਜੀ, ਮੈਂ ਇਕੱਲਾ ਸੀਗਾ ਜੀ। ASI ਸਾਹਿਬ ਅੱਗੇ ਖੜੇ ਸੀਗੇ, ਉਹ ਨਾਲ ਉਸੇ ਵੇਲੇ ਇੱਕ ਮਿੰਟ ਅਗਲੇ ਮੋੜ 'ਤੇ ਖੜੇ ਸੀ, ਉਹ ਲੈ ਲਏ। ਉਹਨਾਂ ਤੋਂ ਬਾਅਦ ASI ਨੂੰ ਫੋਨ ਕਰਕੇ ASI ਸਾਹਿਬ ਤੋਂ ਦੁਬਾਰਾ ਬੁਲਾਇਆ ਗਿਆ। ਪਹਿਲਾਂ ਇੱਕ ਵਾਰੀ ਛੱਡਦਾ, ਦੁਬਾਰਾ ਬੁਲਾ ਕੇ ਕਹਿੰਦੇ ਨਹੀਂ ਇਹਨਾਂ 'ਤੇ ਪਰਚਾ ਦਰਜ ਹੋਣਾ ਜੀ। ਤੁਸੀਂ ਲੰਗਰ ਜਾਰੀ ਰੱਖੋਗੇ? ਬਿਲਕੁਲ ਲੰਗਰ ਜਾਰੀ ਰੱਖਾਂਗੇ, ਕਿ ਕੋਈ ਸੇਵਾ 'ਚ ਵਿਘਨ ਨਹੀਂ ਪਊਗਾ ਜੀ। ਪੁਲਿਸ ਪ੍ਰਸ਼ਾਸਨ ਵੱਲੋਂ ਸਖਤਾਈ ਵਰਤਣਾ ਜ਼ਰੂਰੀ ਹੈ, ਪਰ ਜਿਨ੍ਹਾਂ ਕੋਲ ਪਾਸ ਹੈ ਅਤੇ ਜੋ ਲੋਕਾਂ ਲਈ ਲੰਗਰ ਦਾ ਪ੍ਰਬੰਧ ਕਰ ਰਹੇ ਨੇ, ਉਹਨਾਂ ਦਾ ਪੁਲਿਸ ਪ੍ਰਸ਼ਾਸਨ ਨੂੰ ਸਾਥ ਦੇਣਾ ਚਾਹੀਦਾ, ਨਾ ਕਿ ਉਹਨਾਂ ਲਈ ਪਰੇਸ਼ਾਨੀ ਦਾ ਕਾਰਨ ਬਣਨਾ ਚਾਹੀਦਾ। ਸੋ ਪੁਲਿਸ ਪ੍ਰਸ਼ਾਸਨ ਨੂੰ ਸਮਾਜ ਸੇਵੀਆਂ ਦਾ ਸਾਥ ਦੇ ਕੇ ਚੱਲਣ ਦੀ ਜ਼ਰੂਰਤ ਹੈ, ਤਾਂ ਜੋ ਇਸ ਸੰਕਟ ਦੀ ਘੜੀ ਵਿੱਚ ਕੋਈ ਵੀ ਗਰੀਬ ਗੁਰਬਾ ਅੰਨ ਪਾਣੀ ਤੋਂ ਵਾਂਝਾ ਨਾ ਰਹਿ ਜਾਏ। ਲੁਧਿਆਣਾ ਤੋਂ ਅਨੁਪਮ ਮਹਿੰਦਰੂ ਦੀ ਰਿਪੋਰਟ, ਚੈਨਲ ਪੰਜਾਬ।